ਇਹ ਕੱਲ ਇਹਨਾਂ ਨੂੰ ਕਾਬੂ ਕੀਤਾ ਲਵਦੀਪ ਸਿੰਘ ਅਤੇ ਇੱਕ ਦਾ ਇਹਦਾ ਵਾ ਰਣਜੀਤ ਸਿੰਘ ਦੋਵੇਂ ਅਟਲਗੜ੍ਹ ਤੋਂ ਅਤੇ ਇੱਕ ਮੁੰਡਾ ਇਹਨਾਂ ਨਾਲ ਨਿਸ਼ਾਨ ਸਿੰਘ ਆ ਇਹਨਾਂ ਤੋਂ ਉੱਥੇ ਅਟਾਰੀ ਲਾ ਕੇ ਅਰੈਸਟ ਕਰਕੇ 2.5 ਕਿਲੋ ਜਿਹੜੀ ਆ ਹੈਰਨ ਰਿਕਵਰ ਕੀਤੀ ਆ ਅੱਗੇ ਬਾਕੀ ਇਹਨਾਂ ਨੂੰ ਰਿਮਾਂਡ 'ਤੇ ਅੱਜ ਲਿਆ 3 ਦਿਨ ਦਾ ਰਿਮਾਂਡ ਮਿਲਿਆ ਅੱਗੇ ਪੁੱਛਗਿੱਛ ਕਰਦੇ ਹਾਂ ਜੋ ਇਨਵੈਸਟੀਗੇਸ਼ਨ 'ਚ ਆਊਗਾ ਅੱਗੇ ਤਿੰਨ ਬੰਦੇ ਫੜੇ ਸਰ ਕਿੰਨੇ ਦਿਨ ਤੋਂ ਕੰਮ ਕਰ ਰਹੇ ਸੀ ਇਹ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਫਿਰ ਪਤਾ ਲੱਗੂ ਹੋਰ ਕੋਈ ਉਹ ਕੀ ਕਹਿੰਦੇ ਪੈਸੇ ਵਗੈਰਾ ਮਿਲੇ ਨਹੀਂ ਨਹੀਂ ਅਜੇ ਕੁਛ ਨਹੀਂ ਪੈਸੇ ਨਹੀਂ ਮਿਲੇ ਕੱਲੀ ਹੈਰਨ ਨਹੀਂ ਫੜੀ ਇਹਨਾਂ ਠੀਕ ਕਿਹੜੀ ਜਗ੍ਹਾ ਤੋਂ ਫੜੀ ਗਈ ਇਹ ਅਟਾਰੀ ਤੋਂ ਡੰਡੇ ਰੋਡ 'ਤੇ ਅਟਾਰੀ ਕਿਹੜੇ ਸਟਾਫ ਵੱਲੋਂ ਫੜਿਆ ਐਸਟੀਐਫ